ਅਤੇ ਹੁਣ ਦੋ ਕੈਂਪ ਮਹਾਨ ਲਾਵਾਂਗੇ, ਇੱਕ ਨਸ਼ਾ ਮੁਕਤ ਦਵਾਈ ਦਾ ਅਤੇ ਇੱਕ ਸ਼ੂਗਰ ਦੀ ਦਵਾਈ ਦਾ ਕੈਂਪ, ਅਤੇ ਨਸ਼ਾ ਮੁਕਤ ਦਵਾਈ ਦਾ ਮਹਾਨ ਕੈਂਪ ਲੱਗੇਗਾ ਜਿਹਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਨਸ਼ਾ ਕਰਦਾ ਹੋਵੇ, ਸਮੈਕ, ਡੋਡੇ, ਫੀਮ, ਭੁੱਖੀ ਚਿੱਟਾ, ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਦਾ ਹੋਵੇ, ਫ੍ਰੀ ਕੈਂਪ ਲੱਗੂਗਾ। ਜਿਨ੍ਹਾਂ ਦੇ ਸ਼ੂਗਰ ਦੇ ਕਾਰਨ ਪੈਰ 'ਤੇ ਜ਼ਖਮ ਹੋ ਜਾਂਦਾ ਵੀ ਹੁਣ ਲੱਤ ਵੱਢਣੀ ਪਊਗੀ, ਵੀ ਅੰਗੂਠਾ ਵੱਢਣਾ ਪਊਗਾ, ਇੱਕ ਵਾਰੀ ਦਵਾਈ ਲਾਉਣੀ ਆ, ਉਹ ਲੱਤ ਅੰਗ ਕੋਈ ਵੱਢਿਆ ਨਹੀਂ ਜਾਊਗਾ। ਕਿੰਨੇ ਨੌਜਵਾਨ ਹੁਣ ਤੱਕ ਸੁਧਰ ਚੁੱਕੇ ਨੇ ਇਸ ਕੈਂਪ ਦਾ ਲਾਭ ਲੈ ਕੇ? ਹਜ਼ਾਰਾਂ ਦੀ ਗਿਣਤੀ ਵਿੱਚ ਨਸ਼ਾ ਛੱਡ ਗਏ। ਸਾਰਿਆਂ ਨੂੰ ਬੇਨਤੀ ਕਰੂੰਗਾ, ਸਾਡੇ ਕੋਲ ਆ ਕੇ 28 ਤਰੀਕ ਨੂੰ ਪਹੁੰਚੋ, ਸ਼ੂਗਰ ਦੀ ਦਵਾਈ ਦਾ ਕੈਂਪ ਲੱਗਣਾ, ਤੁਸੀਂ ਆ ਕੇ ਲਾਹਾ ਪ੍ਰਾਪਤ ਕਰੋ ਜੀ। ਹੋਸਪਿਟਲ ਦੇ ਵਿੱਚ ਤਾਂ ਇਹੀ ਦੇਖਿਆ ਜਾਂਦਾ ਕਿ ਉੱਥੇ ਜਾ ਕੇ ਤਾਂ ਇੱਕ ਪੱਕਾ ਇਲਾਜ ਕਰ ਦਿੱਤਾ ਜਾਂਦਾ ਕਿ ਇਹ ਹੋਏਗਾ ਉਹ ਹੋਏਗਾ, ਪਰ ਇੱਥੇ ਜਿਹੜਾ ਸੋਲਿਊਸ਼ਨ ਤੁਸੀਂ ਦੇ ਰਹੇ ਹੋ ਬਾਬਾ ਜੀ, ਜਿਹੜੀ ਡਾਕਟਰਾਂ ਦੀ ਗੱਲ ਆ, ਚਲੋ ਉਹ ਵੀ ਰੱਬ ਦਾ ਰੂਪ ਨੇ, ਭਗਵਾਨ ਦਾ ਰੂਪ ਨੇ, ਉਹਨਾਂ ਦੀ ਥਿਊਰੀ ਅਲੱਗ ਆ, ਸਾਡੀ ਥਿਊਰੀ ਅਲੱਗ ਆ, ਕਿਵੇਂ ਨਾ ਕਿਵੇਂ ਸੰਗਤ ਦਾ ਭਲਾ ਹੋ ਸਕੇ, ਪਰ ਉਹ ਸੰਗਤ ਦੀ ਦਵਾਈ ਸੰਗਤਾਂ ਦੀ ਮਾਇਆ ਸੰਗਤ ਵਿੱਚ ਹੀ ਲਾਉਂਦੇ ਹਾਂ ਜੀ ਅਸੀਂ। ਸਤਿ ਸ਼੍ਰੀ ਅਕਾਲ, ਸਿਟੀ ਹੈੱਡਲਾਈਨ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ। ਸੋ ਅੱਜ ਅਸੀਂ ਸਾਹਨੇਵਾਲ ਦੇ ਵਿੱਚ ਮੌਜੂਦ ਹਾਂ। ਸੋ ਤੁਹਾਨੂੰ ਦੱਸ ਦਈਏ, ਵੱਡੇ ਵੈਦ ਯੋਗਿਆ ਜੀ ਦੀ ਯਾਦ ਦੇ ਵਿੱਚ 28 ਤਰੀਕ ਨੂੰ ਸਮਾਗਮ ਕਰਾਉਣ ਜਾ ਰਹੇ ਹਾਂ ਅਤੇ ਗੱਲਬਾਤ ਕਰਦੇ ਹਾਂ। ਬਾਬਾ ਜੀ ਵੀ ਸਾਡੇ ਨਾਲ ਮੌਜੂਦ ਨੇ, ਬਹੁਤ ਬਹੁਤ ਸਵਾਗਤ ਹੈ ਬਾਬਾ ਜੀ ਅਤੇ ਤੁਹਾਡਾ ਇੱਥੇ ਆਉਣ ਦੇ ਬਹੁਤ ਬਹੁਤ ਸਵਾਗਤ। ਜੈ ਧਰੰਤਰਾ ਜੈ ਆਯੁਰਵੈਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਬਾਬਾ ਜੀ, 28 ਤਰੀਕ ਨੂੰ ਵੱਡਾ ਸਮਾਗਮ ਕਰਾਇਆ ਜਾ ਰਿਹਾ, ਇੱਥੇ ਕੀ ਕੁਛ ਉਸ ਦੇ ਵਿੱਚ ਹੋਣ ਵਾਲਾ ਹੈ, ਕੀ ਕੁਛ ਖਾਸੀਅਤ ਰਹਿਣ ਵਾਲੀ? ਹਾਂਜੀ, ਆਪਣੇ 28 ਫਰਵਰੀ ਦਿਨ ਬੁੱਧਵਾਰ ਨੂੰ ਆਯੁਰਵੈਦਾ ਮਹਾਂਯੋਗ ਦੇ ਧਨੀ ਵੈਦਗੁਰੂ ਆਚਾਰੀਆ ਸ਼ਮਸ਼ੇਰ ਸਿੰਘ ਜੀ ਯੋਗੀ ਆ, ਉਹਨਾਂ ਦੀ ਤੀਸਰੀ ਬਰਸੀ ਆ, ਅਤੇ ਉਹ ਬਰਸੀ ਦੇ ਸੰਬੰਧ ਵਿੱਚ 28 ਤਰੀਕ ਨੂੰ ਉਸ ਦਿਨ 'ਤੇ ਸੰਗਤਾਂ ਦੂਰੋਂ ਆ ਕੇ ਸਾਰੇ ਪਿਆਰ ਮੁਹੱਬਤ, ਜਿਨ੍ਹਾਂ ਦਾ ਵੈਦ ਜੀ ਨਾਲ ਪਿਆਰ ਆ, ਬਹੁਤ ਦੂਰ ਦੂਰ ਤੱਕ ਵੈਦ ਜੀ ਦਾ ਪਿਆਰ ਆ, ਸਾਰੀ ਸੰਗਤਾਂ ਆਉਣਗੀਆਂ, ਅਤੇ ਬਹੁਤ ਵਧੀਆ ਪਿਆਰ ਅਤੇ ਸ਼ਰਧਾ ਦੇ ਨਾਲ ਨਿੱਘੀ ਮਿੱਠੀ ਯਾਦ ਦੀ ਮਨਾਈ ਜਾਵੇਗੀ 28 ਤਰੀਕ ਨੂੰ। ਸਰ, ਕੀ ਕੁਛ ਉਸ ਦੇ ਵਿੱਚ ਉਪਰਾਲਾ ਕੀਤਾ ਜਾਏਗਾ, ਕਿਉਂਕਿ ਹਰ ਵਾਰ ਤੁਹਾਡੇ ਵੱਲੋਂ ਬਹੁਤ ਅੱਛੇ ਉਪਰਾਲੇ ਕੀਤੇ ਜਾਂਦੇ ਨੇ, ਨਸ਼ੇ ਛਡਾਓ ਕੇਂਦਰ ਲਵਾਏ ਜਾਂਦੇ ਨੇ, ਬੜੇ ਬੜੇ ਉਪਰਾਲੇ ਕੀਤੇ ਜਾਂਦੇ ਨੇ, ਇਸ ਵਾਰ ਕੀ ਕੁਛ ਹੈ? ਇਸ ਵਾਰ ਇਸ ਤਰ੍ਹਾਂ ਵੀ ਸਾਨੂੰ ਬਹੁਤ ਧੰਨਵਾਦ ਕਰਨਾ ਹੈ, ਕਿਉਂਕਿ ਕਈ ਸਾਲਾਂ ਤੋਂ ਜਦੋਂ ਵੈਦ ਜੀ ਨੇ ਫਾਰਮੂਲਾ ਤਿਆਰ ਕੀਤਾ ਸੀਗਾ ਨਸ਼ਾ ਮੁਕਤ ਦਵਾ, ਉਹ ਕਹਿੰਦੇ ਹੁਣ ਨਹੀਂ ਮਾਮਾ ਦੇ ਪੁੱਤਰ ਮਰਨਗੇ, ਹੁਣ ਨਹੀਂ ਮਰਦੇ ਮਾਮਾ ਦੇ ਪੁੱਤਰ। ਉਸ ਬਰਸੀ ਦੇ ਵਿੱਚ ਅਤੇ ਨਸ਼ਾ ਮੁਕਤ ਦਵਾਈ ਦਾ ਮਹਾਨ ਕੈਂਪ ਲੱਗੇਗਾ ਜਿਹਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਨਸ਼ਾ ਕਰਦਾ ਹੋਵੇ, ਸਮੈਕ, ਡੋਡੇ, ਫੀਮ, ਭੁੱਖੀ ਚਿੱਟਾ, ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਦਾ ਹੋਵੇ, ਫ੍ਰੀ ਕੈਂਪ ਲੱਗੂਗਾ ਸਵੇਰੇ 9 ਵਜੇ ਤੋਂ ਲੈ ਕੇ 3 ਵਜੇ ਤੱਕ। ਕਿਉਂਕਿ ਪਿਛਲੇ ਸਾਲ ਵੀ ਕੈਂਪ ਲੱਗਿਆ, ਸਾਨੂੰ ਬਹੁਤ ਪਿਆਰ ਮਿਲਿਆ, ਬਹੁਤ ਮਿਲਣ ਆਉਂਦੇ ਨੇ, ਬਹੁਤ ਧੰਨਵਾਦ ਕਰਨ ਆਉਂਦੇ ਨੇ, ਅਸੀਂ ਕਹਿੰਦੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਧੰਨਵਾਦ, ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦਾ ਧੰਨਵਾਦ। ਅਤੇ ਉਹਦੇ ਨਾਲ ਅਸੀਂ ਸ਼ੂਗਰ ਦੀ ਦਵਾਈ ਦਾ ਕੈਂਪ ਲਾਇਆ ਸੀ, ਜਿਨ੍ਹਾਂ ਦਾ 5-5, 6-6 ਸੌ ਸ਼ੂਗਰ ਰਹਿੰਦੀ ਸੀ ਅਤੇ ਉਹਨਾਂ ਦੇ ਇਨਸੁਲਿਨ ਦੇ ਟੀਕੇ ਲੱਗਦੇ ਸੀ, ਉਹਨਾਂ ਨੂੰ ਬਹੁਤ ਉਹਨਾਂ ਨੂੰ ਲਾਹਾ ਇੱਥੋਂ ਪ੍ਰਾਪਤ ਹੋਇਆ, ਬਹੁਤ ਜ਼ਿਆਦਾ ਫਰਕ ਪਿਆ। ਐਤਕੀ ਫਿਰ ਸ਼ੂਗਰ ਦੀ ਦਵਾਈ ਦਾ ਕੈਂਪ ਲਾਵਾਂਗੇ, ਇੱਕ ਇੱਕ ਮਹੀਨੇ ਦੀ ਦਵਾਈ ਫ੍ਰੀ ਦੇਵਾਂਗੇ ਅਤੇ ਸੰਗਤਾਂ ਦਾ ਪਿਆਰ ਮੁਹੱਬਤ ਹੈ ਜੀ। ਬਾਬਾ ਜੀ, ਇਹ ਦਵਾਈਆਂ ਲੋਕ ਇੰਨੇ ਪੈਸੇ ਲਾ ਲਾ ਕੇ ਹੋਸਪਿਟਲਾਂ ਦੇ ਵਿੱਚ ਧੱਕੇ ਖਾਂਦੇ ਨੇ, ਪਰ ਇਹ ਦਵਾਈ ਇੱਥੇ ਫ੍ਰੀ ਮਿਲਣੀ ਹੈਗੀ ਬਿਲਕੁਲ? ਇਸ ਤਰ੍ਹਾਂ ਜੀ, ਇਹ ਸੰਗਤਾਂ ਦਾ ਪਿਆਰ ਹੈ ਜੀ, ਜਿਹੜਾ ਸਾਡੇ ਕੋਲ ਚੂਨ ਭੁੰਨ ਹੁੰਦਾ, ਸੰਗਤਾਂ ਦਾ ਪ੍ਰੇਮ, ਜੋ ਅਸੀਂ ਇੱਥੇ ਆਪਣੇ ਗੁਰੂ ਮਹਾਰਾਜ ਕੋਲ ਗੋਲ ਕਰਖੀਆ ਸੰਗਤਾਂ ਨਮਸਕਾਰ ਕਰਦੀਆਂ ਨੇ, ਕੋ ਸਾਨੂੰ ਦਾਨੀ ਸੱਜਣ ਮਾਇਆ ਦੇ ਜਾਂਦੇ ਨੇ,
ਇਸ ਕਰਕੇ ਵੀ ਕਿਵੇਂ ਨਾ ਕਿਵੇਂ ਸੰਗਤ ਦਾ ਭਲਾ ਹੋ ਸਕੇ, ਫਿਰ ਉਹ ਸੰਗਤ ਦੀ ਦਵਾਈ ਸੰਗਤਾਂ ਦੀ ਮਾਇਆ ਸੰਗਤ ਵਿੱਚ ਹੀ ਲਾਉਂਦੇ ਹਾਂ ਜੀ ਅਸੀਂ। ਅਤੇ ਹੁਣ ਦੋ ਕੈਂਪ ਮਹਾਨ ਲਾਵਾਂਗੇ, ਇੱਕ ਨਸ਼ਾ ਮੁਕਤ ਦਵਾਈ ਦਾ ਅਤੇ ਇੱਕ ਸ਼ੂਗਰ ਦੀ ਦਵਾਈ ਦਾ ਕੈਂਪ, ਕਿਉਂਕਿ ਜਿਨ੍ਹਾਂ ਦੇ ਇਨਸੁਲਿਨ ਟੀਕਾ ਲੱਗਦਾ ਸੀ ਸਵੇਰੇ ਦੁਪਹਿਰੇ ਸ਼ਾਮ ਚਾਰ ਚਾਰ ਪੰਜ ਪੰਜ ਟੀਕੇ, ਉਹ ਇੱਕ ਮਹੀਨੇ 'ਚ ਇਨਸੁਲਿਨ ਦੇ ਟੀਕੇ ਲੱਗਣੇ ਬੰਦ ਹੋ ਜਾਂਦੇ ਨੇ। ਫਿਰ ਇੱਕ ਬੇਨਤੀ ਹੋਰ ਕਰਾਂਗੇ, ਜਿਨ੍ਹਾਂ ਦੇ ਸ਼ੂਗਰ ਦੇ ਕਾਰਨ ਪੈਰ 'ਤੇ ਜ਼ਖਮ ਹੋ ਜਾਂਦਾ ਵੀ ਉਹ ਲੱਤ ਵੱਢਣੀ ਪਊਗੀ, ਵੀ ਗੁੱਠਾ ਵੱਢਣਾ ਪਊਗਾ, ਇੱਕ ਵਾਰੀ ਦਵਾਈ ਲਾਉਣੀ ਆ, ਉਹ ਲੱਤ ਅੰਗ ਕੋਈ ਵੱਢਿਆ ਨਹੀਂ ਜਾਊਗਾ, ਇੱਕੋ ਵਾਰੀ ਦਵਾਈ ਲਾਉਂਦੇ ਹਾਂ ਅਸੀਂ। ਹੋਸਪਿਟਲ ਦੇ ਵਿੱਚ ਤਾਂ ਇਹੀ ਦੇਖਿਆ ਜਾਂਦਾ ਕਿ ਉੱਥੇ ਜਾ ਕੇ ਤਾਂ ਇੱਕ ਪੱਕਾ ਇਲਾਜ ਕਰ ਦਿੱਤਾ ਜਾਂਦਾ ਕਿ ਇਹ ਹੋਏਗਾ ਉਹ ਹੋਏਗਾ, ਪਰ ਇੱਥੇ ਜਿਹੜਾ ਸਲਿਊਸ਼ਨ ਤੁਸੀਂ ਦੇ ਰਹੇ ਹੋ ਬਾਬਾ ਜੀ, ਜਿਹੜੀ ਡਾਕਟਰਾਂ ਦੀ ਗੱਲ ਆ, ਚਲੋ ਉਹ ਵੀ ਰੱਬ ਦਾ ਰੂਪ ਨੇ, ਭਗਵਾਨ ਦਾ ਰੂਪ ਨੇ, ਉਹਨਾਂ ਦੀ ਥਿਊਰੀ ਅਲੱਗ ਆ, ਸਾਡੀ ਥਿਊਰੀ ਅਲੱਗ ਆ। ਅਸੀਂ ਤਾਂ ਕਹਿੰਦੇ ਵੀ ਜੇ ਕੋਈ ਕਹੇ ਵੀ ਇਹਦਾ ਪੈਰ ਜਾਂ ਵੱਢਣਾ ਪੈਣਾ, ਲੱਤ ਵੱਢਣੀ ਪੈਣੀ ਹੈ ਜੀ, ਇੱਕ ਵਾਰੀ ਦਵਾਈ ਲਾਉਂਦੇ ਉਹਦਾ ਅੰਗ ਨਹੀਂ ਵੱਢਿਆ ਜਾਂਦਾ। ਮੈਂ ਸ਼ੂਗਰ ਵਾਲਿਆਂ ਨੂੰ ਵੀਰਾਂ ਨੂੰ ਭੈਣਾਂ ਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ, ਸਾਡੇ ਕੋਲ ਆ ਕੇ 28 ਤਰੀਕ ਨੂੰ ਪਹੁੰਚੋ, ਸ਼ੂਗਰ ਦੀ ਦਵਾਈ ਦਾ ਕੈਂਪ ਲੱਗਣਾ, ਤੁਸੀਂ ਆ ਕੇ ਲਾਹਾ ਪ੍ਰਾਪਤ ਕਰੋ ਜੀ। ਬਾਬਾ ਜੀ ਕਿੱਥੋਂ ਕਿੱਥੋਂ ਸੰਗਤਾਂ ਆਉਂਦੀਆਂ, ਤੀਜੀ ਵਰਸੀ ਆ, ਕਿੱਥੋਂ ਕਿੱਥੋਂ ਪਿੱਛੇ ਸੰਗਤਾਂ ਆਈਆਂ ਸੀਗੀਆਂ? ਸੰਗਤਾਂ ਬਹੁਤ ਦੂਰ ਤੱਕ ਆਉਂਦੀਆਂ ਨੇ, ਵਿਦੇਸ਼ਾਂ ਵਿੱਚੋਂ ਵੀ ਆਉਂਦੀਆਂ, ਕਨੇਡਾ, ਅਮੈਰੀਕਾ, ਇੱਧਰੋਂ ਆਉਣੇ ਬੰਬਾ, ਗੁਜਰਾਤ, ਚੰਡੀਗੜ੍ਹ, ਸਾਰੇ ਕੋਨੇ ਕੋਨੇ ਦੇ, ਪੰਜਾਬ ਦੇ ਹਰ ਸਟੇਟ ਦੇ, ਪੰਜਾਬ 'ਚੋਂ ਸਾਰੇ ਦੂਰੋਂ ਦਰੇਡਿਆਂ ਸਾਰੇ ਕੋਨੇ ਕੋਨੇ ਸਟੇਟਾਂ 'ਚੋਂ ਆਉਂਦੇ ਨੇ ਜੀ। ਕਿੰਨੇ ਨੌਜਵਾਨ ਹੁਣ ਤੱਕ ਸੁਧਰ ਚੁੱਕੇ ਨੇ ਇਸ ਕੈਂਪ ਦਾ ਲਾਭ ਲੈ ਕੇ? ਹਜ਼ਾਰਾਂ ਦੀ ਗਿਣਤੀ ਵਿੱਚ ਨਸ਼ਾ ਛੱਡ ਗਏ, ਹਜ਼ਾਰਾਂ ਦੀ ਗਿਣਤੀ ਵਿੱਚ ਨਸ਼ਾ ਛੱਡ ਗਏ, ਕਿਉਂਕਿ ਅਸੀਂ ਆਪਣੀ ਮਾਣ ਬੜਾਈ ਕਰਕੇ ਬਹੁਤਾ ਕੁਛ ਨਹੀਂ ਹੁੰਦੇ, ਅਸੀਂ ਗੁਰੂ ਦੀ ਬੜਾਈ ਆ, ਕਹੋ ਨਾਨਕ ਸਾਹਿਬ ਤੇਰੀ ਬੜਿਆਈ, ਕੋਈ ਨਾ ਹੋਣਾ ਜਾਣਾ ਮੇਰਾ, ਇਹ ਤਾਂ ਗੁਰੂ ਦੀ ਬੜਿਆਈ ਆ। ਸਾਡੇ ਕੋਲ ਬਹੁਤ ਹੋਣਗੇ, ਸਾਡੀ ਰੀਲ ਬਣਾਓ, ਵੀਡੀਓ ਬਣਾਓ, ਅਸੀਂ ਬਣਾਉਂਦੇ ਨਹੀਂ ਹੈਗੇ ਵੀ ਨਾ ਵੀ ਤੁਸੀਂ ਆ ਕੇ ਠੀਕ ਹੋ ਗਏ, ਇੰਨਾ ਭਲਾ ਹੋ ਗਿਆ, ਬਾਬਾ ਜੀ ਨੂੰ ਨਮਸਕਾਰ ਕਰ ਲਓ, ਜਲ ਪਾਣੀ ਛਕੋ, ਇੰਨਾ ਹੀ ਕਹੀਦਾ ਹੀ ਹੈ ਬਸ। ਅਤੇ ਹੁਣ ਕੀ ਸੱਦਾ ਦਊਂਗੇ ਉਹਨਾਂ ਨੂੰ ਕਿ 28 ਤਰੀਕ ਨੂੰ ਕਿਸ ਤਰ੍ਹਾਂ ਹੁਮਾ ਕੇ ਪਹੁੰਚਣ? ਸਰ ਮੈਂ ਬੇਨਤੀ ਕਰੂੰਗਾ ਵੀ ਨਗਰਾਂ ਪਿੰਡਾਂ ਦੇ ਵਿੱਚ ਜਿਹੜੇ ਨਸ਼ਾ ਕਰਦੇ ਨੇ, ਨਗਰਾਂ ਪਿੰਡਾਂ ਦੇ ਵਿੱਚ ਅਨਾਊਂਸਮੈਂਟ ਕਰੋ, 28 ਤਰੀਕ ਨੂੰ ਨਸ਼ਾ ਮੁਕਤ ਕੈਂਪ ਲੱਗ ਰਿਹਾ ਅਤੇ ਸ਼ੂਗਰੀ ਦਵਾਈ ਦਾ ਕੈਂਪ ਲੱਗ ਰਿਹਾ, ਇੱਥੇ ਜ਼ਰੂਰ ਪਹੁੰਚੋ, ਆ ਕੇ ਲਾਹਾ ਪ੍ਰਾਪਤ ਕਰੋ, ਸਤਿਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਤੁਹਾਨੂੰ ਜੀ। ਬਾਬਾ ਜੀ 28 ਤਰੀਕ ਨੂੰ ਜਿਹੜਾ ਕੈਂਪ ਲੱਗਣ ਜਾ ਰਿਹਾ, ਲੋਕੇਸ਼ਨ ਕੀ ਹੈ, ਕਿੱਥੇ ਲੱਗਣ ਵਾਲਾ ਹੈ, ਕਿੱਥੇ ਲੋਕ ਪਹੁੰਚਣ? ਆਯੁਰਵੈਦਾ ਜੋਗੀਆ ਫਾਰਮੇਸੀ ਸਾਹਨੇਵਾਲ ਦੇ ਵਿੱਚ, ਨੀਅਰ ਸਿਵਲ ਹੋਸਪਿਟਲ ਸਾਹਨੇਵਾਲ ਦੇ ਵਿੱਚ, ਸਾਰੇ ਹੀ ਤਕਰੀਬਨ ਸਾਰਿਆਂ ਨੂੰ ਪਤਾ ਇੱਥੇ ਸਾਰਿਆਂ ਦਾ ਭਲਾ ਹੁੰਦਾ, ਕਿਉਂਕਿ ਦੂਰ ਦਰੇਡੇ ਤੋਂ ਕੈਂਸਰ ਦੀ ਦਵਾਈ ਵੀ ਲੈਣ ਆਉਂਦੇ ਨੇ ਅਤੇ ਸਾਰਿਆਂ ਨੂੰ ਕੈਂਸਰ ਦਾ ਪ੍ਰਸ਼ਾਦ ਦੇ ਕੇ ਭਲਾ ਵੀ ਕਰੀਦਾ ਉਹਨਾਂ ਦਾ। ਤਾਂ ਗੱਲ ਕਰੀਏ ਨਸ਼ੇ ਨੇ, ਐਸੇ ਕਈ ਘਰ ਨੇ ਜਿਨ੍ਹਾਂ ਨੂੰ ਤਬਾਹ ਕਰਕੇ ਰੱਖ ਦਿੱਤਾ, ਘਰਾਂ ਨੂੰ ਉਜਾੜ ਕੇ ਰੱਖ ਦਿੱਤਾ, ਪਰ ਹੁਣ ਉਸਦਾ ਇਲਾਜ ਜਿਹੜਾ ਵੈ ਉਹ ਵੈਦ ਯੋਗੀਆਂ ਜੀ ਵੱਲੋਂ ਜਿਹੜਾ ਵਾ ਬਿਲਕੁਲ ਮੁਫਤ ਕੀਤਾ ਜਾਣਾ। ਅਤੇ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ 28 ਤਰੀਕ ਨੂੰ ਜਿਹੜਾ ਕੈਂਪ ਲੱਗਣ ਜਾ ਰਿਹਾ ਅਤੇ ਉਸਦੇ ਵਿੱਚ ਹੁੰਮ ਹੁਮਾ ਕੇ ਪਹੁੰਚੋ ਅਤੇ ਆਪਣੇ ਬੱਚਿਆਂ ਨੂੰ ਜਿਹੜਾ ਨਸ਼ੇ ਤੋਂ ਦੂਰ ਕਰੋ, ਕਿਉਂਕਿ ਅਕਸਰ ਦੇਖਿਆ ਗਿਆ ਵੱਡੇ ਵੱਡੇ ਸੁਵਿਧਾ ਕੇਂਦਰਾਂ ਦੇ ਵਿੱਚ ਜਾਂਦੇ ਰਹੇ ਹਾਂ, ਉੱਥੇ ਜਾ ਕੇ ਐਡਮਿਟ ਕਰਾਉਂਦੇ ਰਹੇ ਹਾਂ, ਫਿਰ ਉਸ ਤੋਂ ਬਾਅਦ ਕਾਫੀ ਦਿੱਕਤ ਆਉਂਦੀ ਹੈ, ਪਰ ਤੁਹਾਨੂੰ ਹੁਣ ਘਬਰਾਉਣ ਦੀ ਲੋੜ ਨਹੀਂ ਹੈ, ਇੱਥੇ ਪਹੁੰਚੋ 28 ਤਰੀਕ ਨੂੰ ਅਤੇ ਆਪਣੇ ਬੱਚਿਆਂ ਨੂੰ ਨਸ਼ਾ ਮੁਕਤ ਕਰਾਓ। ਕੈਮਰਾਮੈਨ ਪ੍ਰਿੰਸ ਦੇ ਨਾਲ ਦਾ ਸਿਟੀ ਹੈਡਲਾਈਨਸ, ਜੈ ਕੁਮਾਰ।